ਜਦੋਂ ਤੋਂ ਖੇਤੀ ਸੰਬੰਧੀ ਨਵੇਂ ਆਰਡੀਨੈਂਸ ਜਾਰੀ ਹੋਏ ਹਨ ਉਦੋਂ ਤੋਂ ਪੰਜਾਬ ਵਿੱਚ ਇਹਨਾਂ ਖਿਲਾਫ਼ ਸੰਘਰਸ਼ ਸ਼ੁਰੂ ਹੋ ਗਿਆ ਸੀ ਅਤੇ ਇਹਨਾਂ ਆਰਡੀਨੈਂਸਾਂ ਦੇ ਕਾਨੂੰਨ ਬਣਨ ਦੇ ਨਾਲ ਇਹ ਸੰਘਰਸ਼ ਵੀ ਦਿਨ ਪ੍ਰਤੀ ਦਿਨ ਤਿੱਖਾ ਹੋਇਆ। ਇਸ ਸੰਘਰਸ਼ ਦੇ ਦੌਰਾਨ ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਦੇਸ਼ ਵਿਆਪੀ ਬਣ ਚੁੱਕੇ ਇਸ ਸੰਘਰਸ਼ ਦਾ ਸਾਰਥੀ ਬਣ ਰਹੇ ਪੰਜਾਬ ਅੰਦਰ ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਆਪਣੀ ਜਾਨ ਲੈਣ ਦੀਆਂ ਘਟਨਾਵਾਂ ਵੀ ਥੰਮੀਆਂ ਨਹੀਂ। ਕਿਸਾਨ ਯੂਨੀਅਨ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਵਿੱਚ ਇਹਨਾਂ ਖੁਦਕੁਸ਼ੀਆਂ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਵੀ ਡਾਟਾ ਉਪਲਬਧ ਨਹੀਂ ਹੈ। ਸੰਗਰੂਰ ਦੇ ਲੌਂਗੋਵਾਲ ਨੇੜੇ ਪਿੰਡ ਲੋਹਾ ਖੇੜਾ ਦਾ ਇੱਕ ਸਧਾਰਨ ਜਿਹਾ ਕਿਸਾਨ ਪਰਿਵਾਰ ਇਕੱਠੇ ਦੋ ਜੀਆਂ ਦੀ ਮੌਤ ਤੋਂ ਬਾਅਦ ਸਦਮੇ ਦੇ ਵਿੱਚ ਹੈ। ਪਰਿਵਾਰ ਵਿੱਚ ਹੁਣ ਬਜ਼ੁਰਗ ਦਾਦਾ ਦਾਦੀ ਅਤੇ ਨੌਜਵਾਨ ਪੋਤਾ ਹੈ। ਬਜ਼ੁਰਗ ਜੋੜਾ ਪਹਿਲਾਂ ਆਪਣੇ ਦੂਜੇ ਪੁੱਤਰ ਵੱਲ ਰਹਿੰਦਾ ਸੀ, ਪਰ ਇਸ ਪੁੱਤਰ ਨੂੰ ਦੀ ਮੌਤ ਤੋਂ ਬਾਅਦ ਜਦੋਂ ਨੌਜਵਾਨ ਪੋਤਾ ਇਕੱਲਾ ਹੋ ਗਿਆ ਤਾਂ ਪੋਤੇ ਦੇ ਨਾਲ ਆ ਕੇ ਰਹਿਣ ਲੱਗ ਗਏ। ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਹਰੀ ਖੁਦਕੁਸ਼ੀ ਬਾਰੇ ਪੁੱਛਿਆ ਤਾਂ ਬਜ਼ੁਰਗਾਂ ਦੀਆਂ ਅੱਖਾਂ ਭਰ ਆਈਆਂ ਅਤੇ ਕੁਝ ਪਲਾਂ ਲਈ ਚੁੱਪ ਹੋ ਕੇ ਫਿਰ ਦੱਸਣਾ ਸ਼ੁਰੂ ਕਰ ਦਿੱਤਾ। ਬਹਾਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਜਗਮੇਲ ਸਿੰਘ ਅਤੇ ਨੂੰਹ ਮਨਜੀਤ ਕੌਰ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੁਝ ਖਾ ਕੇ ਖੁਦਕੁਸ਼ੀ ਕਰ ਲਈ ਸੀ। ਸਾਲ ਪਹਿਲਾਂ ਹੀ ਇਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ। ਹੁਣ ਸਾਡਾ 21 ਸਾਲ ਦਾ ਪੋਤਾ, ਉਸਦਾ ਬੜਾ ਫਿਕਰ ਹੈ, ਸਰਕਾਰ ਕੋਈ ਮਦਦ ਕਰ ਦੇਵੇ ਤਾਂ ਸਾਡਾ ਪੋਤਾ ਬਚਿਆ ਰਹੇ। ਇਸੇ ਦਰਮਿਆਨ ਬਹਾਦਰ ਸਿੰਘ ਦੀ ਪਤਨੀ ਨੇ ਕਿਸੇ ਹੱਥ ਸੁਨੇਹਾ ਭੇਜ ਕੇ ਖੇਤ ਕੰਮ ਕਰਨ ਗਏ ਆਪਣੇ ਪੋਤੇ ਨੂੰ ਸੱਦ ਲਿਆ। ਬਲਦ ਗੱਡੀ ਤੇ ਪਸ਼ੂਆਂ ਦਾ ਚਾਰਾ ਲੈ ਕੇ ਆਇਆ ਨੌਜਵਾਨ ਚੁੱਪਚਾਪ ਆ ਕੇ ਕੋਲ ਪਏ ਮੰਜੇ ਤੇ ਬਹਿ ਗਿਆ। ਉਸਦੇ ਚਿਹਰੇ ਤੋਂ ਉਸਦਾ ਦੁੱਖ, ਚਿੰਤਾਵਾਂ ਸਾਫ਼ ਝਲਕ ਰਹੀਆਂ ਸਨ। ਉਹਨਾਂ ਕਿਹਾ ਕਿ ਜਿਸ ਦਿਨ ਘਟਨਾ ਵਾਪਰੀ ਮੈਂ ਮੰਡੀ ਵਿੱਚ ਜੀਰੀ ਦੇ ਕੋਲ ਸੀ। ਮੇਰਾ ਪੁੱਤਰ ਜਗਮੇਲ ਸਿੰਘ ਵੀ ਮੰਡੀ ਵਿੱਚ ਆਇਆ, ਪਰ ਗੇੜਾ ਮਾਰ ਕੇ ਬਿਨਾਂ ਕੁਝ ਕਹੇ ਘਰ ਆ ਗਿਆ। ਪੁੱਤਰ ਅਤੇ ਨੂੰਹ ਨੇ ਮੇਰੇ ਪੋਤੇ ਨੂੰ ਦੁੱਧ ਪਾਉਣ ਭੇਜ ਦਿੱਤਾ। ਜਦੋਂ ਮੇਰਾ ਪੋਤਾ ਘਰ ਵਾਪਸ ਆਇਆ ਤਾਂ ਦੋਹੇ ਜੀ ਵਿਹੜੇ ਵਿੱਚ ਤੜਫ ਰਹੇ ਸੀ ਅਤੇ ਉਲਟੀਆਂ ਕਰ ਰਹੇ ਸੀ। ਮੇਰਾ ਪੋਤਾ ਤੁਰੰਤ ਆਪਣੀ ਦਾਦੀ ਨੂੰ ਸੱਦ ਲਿਆਇਆ, ਮੈਨੂੰ ਪਤਾ ਲੱਗਿਆ ਅਤੇ ਫਿਰ ਮੈਂ ਵੀ ਆ ਗਿਆ। ਉਹਨਾਂ ਕਿਹਾ ਕਿ ਉਸ ਵੇਲੇ ਹਨੇਰਾ ਹੋ ਰਿਹਾ ਸੀ। ਇਹਨਾਂ ਕਹਿੰਦਿਆਂ ਬਹਾਦਰ ਸਿੰਘ ਦਾ ਗਲਾ ਪਰ ਆਇਆ ਅਤੇ ਉਹ ਕੁਝ ਸਮੇਂ ਲਈ ਚੁੱਪ ਹੋ ਗਏ। ਫਿਰ ਉਹਨਾਂ ਦੱਸਿਆ ਕਿ ਤੁਰੰਤ ਉਹਨਾਂ ਨੂੰ ਹਸਪਤਾਲ ਲੈ ਗਏ, ਪਰ ਦੋਹਾਂ ਦੀ ਮੌਤ ਹੋ ਗਈ। ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੇ 3 ਬੇਟਿਆਂ ਨੂੰ 3-3 ਕਿੱਲੇ ਆਉਂਦੇ ਨੇ। ਆਪਣੀ ਜਾਨ ਲੈਣ ਵਾਲੇ ਜਗਮੇਲ ਨੂੰ ਵੀ 3 ਕਿੱਲੇ ਆਉਂਦੇ ਸੀ। ਬਜ਼ੁਰਗ ਨੇ ਅੱਗੇ ਦੱਸਿਆ ਕਿ ਜਗਮੇਲ ਸਿੰਘ ਦੇ ਸਿਰ 10-15 ਲੱਖ ਤੋਂ ਵੱਧ ਕਰਜ਼ਾ ਸੀ, ਕੁਝ ਬੈਂਕਾਂ ਦਾ, ਕੁਝ ਆੜ੍ਹਤੀਆਂ ਦਾ। ਉਹਨਾਂ ਕਿਹਾ ਕਿ ਪਹਿਲਾਂ ਜਗਮੇਲ ਸਿੰਘ ਨੇ ਇਸ ਪਰੇਸ਼ਾਨੀ ਬਾਰੇ ਕਦੇ ਜ਼ਿਕਰ ਨਹੀਂ ਕੀਤਾ ਸੀ। ਮਰਨ ਤੋਂ 15 ਕੁ ਦਿਨ ਪਹਿਲਾਂ ਉਹ ਆਪਣੀ ਪਤਨੀ ਨਾਲ ਗੱਲਬਾਤ ਕਰ ਰਿਹਾ ਸੀ, ਜਿੱਥੋਂ ਉਹਨਾਂ ਦੇ ਪੋਤੇ ਨੂੰ ਇਸ ਚਿੰਤਾ ਬਾਰੇ ਪਤਾ ਲੱਗਿਆ ਸੀ। ਅਸੀਂ ਬਜ਼ੁਰਗ ਦੇ ਪੋਤੇ ਲਵਪ੍ਰੀਤ ਸਿੰਘ ਵੱਲ ਦੇਖਿਆ ਤਾਂ ਉਸਨੂੰ ਜਗਮੇਲ ਸਿੰਘ ਅਤੇ ਮਨਜੀਤ ਕੌਰ ਦੀ ਚਿੰਤਾ ਬਾਰੇ ਪੁੱਛਿਆ, ਪਰ ਨੌਜਵਾਨ ਇਸ ਹਾਦਸੇ ਤੋਂ ਇੰਨਾ ਟੁੱਟ ਚੁੱਕਿਆ ਜਾਪਿਆ ਕਿ ਉਸਨੇ ਕੁਝ ਵੀ ਬੋਲਣ ਦੱਸਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਹੁਣ ਇਹਨਾਂ ਗੱਲਾਂ ਦਾ ਕੋਈ ਵੀ ਫਾਇਦਾ ਨਹੀਂ। ਇਸ ਤੋਂ ਬਾਅਦ ਜਦੋਂ ਥਾਣਾ ਲੌਂਗੋਵਾਲ ਪਹੁੰਚ ਕੇ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਘਟਨਾ ਦੀ ਰਿਕਾਰਡ ਦੇ ਮੁਤਾਬਕ ਪੁਸ਼ਟੀ ਕੀਤੀ।